ਉਜੇ ਸੋ ਜੋ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਕੁਰਬਾਨੀ ਤਿਆਗ ਦੇ ਰਾਹ ਤੇ ਚੱਲ ਕੇ ਉਸ ਅਮਤ ਇਸ ਤਰ੍ਹਾਂ ਦਾ ਸੀ ਜੇ ਪ੍ਰਵਾਦ ਵਿੱਚ ਦੋ ਕਦੇ ਬੱਚੇ ਹੁੰਦੇ ਸਨ ਇੱਕ ਜੇ ਉਹਨਾਂ ਦਾ ਨੌਜਵਾਨ ਸਿੰਘ ਸਭਾ ਲਹਿਰ ਦੇ ਨਾਲ ਸੇਵਕ ਬਣ ਕੇ ਤੁਰਦਾ ਸੀ ਕੋਈ ਆ ਕੇ ਪੁੱਛਦਾ ਹੀ ਮਾਤਾ ਤੇਰੇ ਬੱਚੇ ਕਿੰਨੇ ਨੇ ਉਹ ਕਹਿੰਦੇ ਸੰਤੇ ਦੋ ਰਿਕੋ ਹੀ ਰਹਿ ਗਿਆ ਫਿਰ ਇੱਕ ਨੂੰ ਕੀ ਹੋ ਗਿਆ ਮਰ ਗਿਆ ਕਿ ਕੀ ਹੋਇਆ ਨਹੀਂ ਉਹ ਸਿੰਘ ਸਭੀਆ ਬਣ ਗਿਆ ਇਹਦਾ ਅਸਾਸ ਪੰਛਾਰੀਆਂ ਰਾਣੀ ਦੇ ਰਾਨ ਨੂੰ ਕਰਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪੂਰਾ ਯਤਨ ਕਰਨਾ ਹੈ ਤਾਂ ਕਿ ਉਹਨਾਂ ਨੂੰ ਸਮਝ ਲੱਗੇ ਕਿ ਮੁੱਦੇ ਪੰਥ ਤੇ ਪੰਜਾਬ ਜਿਹੜਾ ਹੈ ਇਹ ਅਸੀਂ ਆਡਡ ਕਰਕੇ ਲਿਖਦੇ ਪੰਥ ਹੈ ਤੇ ਪੰਜਾਬ ਹੈ ਜੇ ਪੰਥ ਮੰਨ ਕੇ ਕਰਾਂਗੇ ਤੇ ਪੰਜਾਬ ਜਿਹੜਾ ਹੈ ਉਹਦੀ ਇਕੱਲੀ ਗੱਲ ਕਰਕੇ ਪੰਜਾਬ ਦੀ ਸੇਵਾ ਜਿਹੜੀ ਨਹੀਂ ਹੋ ਸਕਦੀ ਪੁਕਾਰ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਅੱਜ ਪੰਥਕ ਮੁੱਦਿਆਂ ਦੀ ਅਣਦਖੀ ਹੋ ਰਹੀ ਹੈ ਕੋਈ ਵੀ ਧਿਰ ਪੰਥਕ ਮੁੱਦਿਆਂ ਨੂੰ ਪਹਿਲ ਨਹੀਂ ਦੇ ਰਹੀ ਪੰਥਕ ਮੁੱਦੇ ਕੀ ਹਨ ਤੇ ਕਿਵੇਂ ਇਹ ਸਿਆਸੀ ਜਮਾਤਾਂ ਦੀ ਪਹਿਲ ਬਣੇ ਇੱਕ ਸ਼ਸ਼ੀਅਤ ਇਸ ਉੱਪਰ ਕੰਮ ਕਰ ਰਹੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਨ ਮੇਰੀ ਮੁਰਾਦ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇੱਕ ਤਰੀਕ ਨੂੰ ਤੁਸੀਂ ਸਿੰਘ ਸਭਾ ਲਹਿਰ ਜਿਹੜਾ ਦਿਵਸ ਸਥਾਪਨਾ ਦਿਵਸ ਮਨਾਉਣ ਜਾ ਰਹੇ ਹੋ ਉਹਦੀ ਕੀ ਲੋੜ ਹੈ ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਤੇ ਅੱਜ ਦੇ ਵਰਤਮਾਨ ਨੂੰ ਨਾਲ ਮਿਲ ਕੇ ਦੇਖਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਅੰਦਰ ਇੱਕ ਨਵੇਕਲੀ ਸੋਚ ਨਵੇਕਲੀ ਵਿਚਾਰ ਤਾਰਾ ਨਵੇਕਲੇ ਟੰਗ ਨਾਲ ਕੰਮ ਕਰਨ ਦੀ ਇੱਕ ਹਿੰਮਤ ਹੌਸਲਾ ਸਾਨੂੰ ਜਿਹੜਾ ਹੈ ਬਖਸ਼ਿਸ਼ ਕੀਤਾ ਹੈ ਇਹ ਜਿਹੜੀ ਸਿੱਖ ਕੌਮ ਹੈ ਇਹ ਹਾਲਾਤਾਂ ਜਿੱਤਾਂ ਦੇ ਮਰਜ਼ੀ ਹਾਲਾਤ ਬਣ ਜਾਣ ਇਹ ਜਿਹੜੀ ਆਪਣੀ ਹੋਣ ਦਾ ਨਿਆਰਾਪਣ ਹੈ ਜਿਹੜੀ ਆਪਣੀ ਕੌਮ ਦੇ ਜਿਹੜੇ ਸਰੋਕਾਰ ਨੇ ਆਪਣੀ ਕੌਮ ਦੇ ਨੇ ਮੁੱਦੇ ਨੇ ਇਹਨਾਂ ਨੂੰ ਕਦੇ ਵੀ ਆਪਣੇ ਅੱਖਾਂ ਤੋਂ ਪਰੋਖੇ ਨਹੀਂ ਕਰਦੀ ਉਹ ਉਹਦੇ ਲਈ ਕਿੰਨਾ ਕੁ ਸਰਗਰਮ ਰਹਿ ਸਕੀ ਜਾਂ ਉਹਨੂੰ ਕਿੰਨਾ ਹੋਣਾ ਚਾਹੀਦਾ ਹੈ ਇਹ ਸਵਾਲ ਵਕਤ ਦੇ ਨਾਲ ਬਦਲਦੇ ਰਹਿੰਦੇ ਨੇ ਤੇ ਨਵੇਂ ਰੂਪੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਉਹਨੂੰ ਆਪਾਂ ਸਿੰਘ ਸਭਾ ਲਹਿਰ ਦੀ ਗੱਲ ਕਰਦੇ ਆਂ ਤਉ ਸਮੇਂ ਉਹਨਾਂ ਬਜ਼ੁਰਗਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਸੀ ਕਿ ਆਪਣੀ ਕੌਮ ਦੀ ਹੋਂਦ ਨੂੰ ਸਮਾਜ ਵਿੱਚ ਸੰਸਾਰ ਦੇ ਵਿੱਚ ਕਿਵੇਂ ਖੜਾ ਕੀਤਾ ਜਾਏ ਉਭਾਰਿਆ ਜਾਏ ਵਗਰ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਜਿਹੜੀਆਂ ਉਹ ਸਾਹਮਣੇ ਖੜੀਆਂ ਹੋ ਰਹੀਆਂ ਸਨ ਕਿਉਂਕਿ 1899 ਦੇ ਵਿੱਚ ਜਾ ਕੇ ਸਿੱਖ ਰਾਜ ਭਾਗ ਦਾ ਖਾਤਮਾ ਹੋ ਜਾਂਦਾ ਹੈ ਅੰਗਰੇਜ਼ ਪੂਰੀ ਤਰ੍ਹਾਂ ਪੰਜਾਬ ਤੇ ਕਾਬਜ਼ ਹੋ ਜਾਂਦੇ ਨੇ ਉਹਨਾਂ ਦੇ ਆਉਣ ਦੇ ਨਾਲ ਜਿਹੜਾ ਸਾਡਾ ਸਿੱਖ ਵਿਰਸਾ ਸੀ ਜਾਂ ਸਿੱਖ ਸਿਧਾਂਤ ਸੀ ਸਿੱਖ ਵਿਚਾਰਧਾਰਾ ਸੀ ਸਿੱਖ ਜੀਵਨ ਜਾਸ ਸੀ ਉਹਦੇ ਉੱਤੇ ਉਹਨਾਂ ਨੇ ਆਪਣੇ ਢੰਗ ਨਾਲ ਸਾਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਲਿਆ ਸੀ ਤੇ ਉਹਦੇ 'ਚ ਇੱਕ ਬਹੁਤ ਵੱਡੀ ਸਾਡੇ ਸਾਹਮਣੇ ਚੁਣੌਤੀ ਉੱਭਰ ਕੇ ਸਾਹਮਣੇ ਆ ਗਈ ਸੀ ਕਿ 1872 ਦੇ ਵਿੱਚ ਚਾਰ ਸਿੱਖ ਵਿਦਿਆਰਥੀ ਜਿਹੜੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਪੜ੍ਹਦੇ ਸਨ ਉਹਨਾਂ ਨੇ ਸਿੱਖ ਨੂੰ ਤਿਆਗ ਕੇ ਅਸਾਈ ਮਤ ਗ੍ਰਹਿਣ ਕਰਨ ਵਾਸਤੇ ਇੱਕ ਨੇ ਫੈਸਲਾ ਕਰ ਲਿਆ ਸੀ ਉਹ ਜਦੋਂ ਕੌਮ ਦੇ ਸਾਹਮਣੇ ਆਇਆ ਉਸ ਸਮੇਂ ਦੇ ਵਿੱਚ ਕੌਮ ਦੇ ਬਜ਼ੁਰਗਾਂ ਦੇ ਸਾਹਮਣੇ ਦਾਨਿਆਂ ਕੌਮੀ ਦਰਦੀਆਂ ਦੇ ਸਾਹਮਣੇ ਪ੍ਰੋਫੈਸਰ ਗੁਰਮukh ਸਿੰਘ ਜੀ ਮਹਾਰਾਜਾ ਬਿਕਰਮ ਸਿੰਘ ਜੀ ਸਿੰਘ ਜੀ ਕਪੂਰ ਥਲੇ ਇਤਦਿਕ ਜਿਹੜੇ ਸੱਜਣ ਸਨ ਉਹਨੇ ਉਹਨਾਂ ਨੇ ਫਿਰ ਇਸ ਮਸਲੇ ਦਾ ਸਮੱਸਿਆ ਦਾ ਹੱਲ ਕਰਨ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤੇ ਉਹ ਪੇਸ਼ ਕਰਨ ਤੋਂ ਬਾਅਦ ਜਿੱਥੋਂ ਸਕੂਲ ਦੇ ਪ੍ਰਿੰਸੀਪਲ ਨਾਲ ਜਾ ਕੇ ਬੈਠਦੇ ਨੇ ਜਿੱਥੇ ਵਿਦਿਆਰਥੀ ਪੜ੍ਹਦੇ ਸਨ ਉੱਥੇ ਬੈ ਕੇ ਉਹਨਾਂ ਨੇ ਕਾਰਨ ਲੱਭਣੇ ਸ਼ੁਰੂ ਕੀਤੇ ਕਿ ਕਿਹੜੇ ਕਾਰਨ ਨੇ ਕਿ ਜਿੰਨਾ ਕਾਰਨਾ ਕਰਕੇ ਬੱਚੇ ਸਿੱਖੀ ਨੂੰ ਛੱਡ ਕੇ ਇਸਾਈਅਤ ਵਾਲੇ ਪਾਸੇ ਤੋਂ ਪ੍ਰਭਾਵਿਤ ਹੋ ਰਹੇ ਨੇ ਤਾਂ ਉਸ ਸਮੇਂ ਗੱਲਬਾਤ ਚਲਦੇ ਆ ਚਲਦੇ ਆ ਜਦੋਂ ਕੌਮ ਦੀ ਜਥੇਬੰਦੀ ਦੀ ਗੱਲ ਚਲਦੀ ਹੈ ਤਾਂ ਉੱਥੋਂ ਇੱਕ ਸੁਝਾਅ ਮਿਲਦਾ ਹੈ ਕਿ ਇੱਕ ਕੌਮ ਇਤਿਹਾਸ ਦੀਆਂ ਕੁਰਬਾਨੀਆਂ ਦੇ ਨਾਲ ਉਹਦੀ ਜਿਹੜੀ ਕੁਰਬਾਨੀਆਂ ਦਾ ਜਿਹੜਾ ਜਾਹੋ ਜਲਾਲ ਹੁੰਦਾ ਹੈ ਜਜ਼ਬਾ ਜਜ਼ਬਾਤ ਹੁੰਦਾ ਹੈ ਕੁਝ ਅਰਸਾ ਤੇ ਕੁਰਦੀਆਂ ਰਹਿੰਦੀਆਂ ਨੇ ਪਰ ਕੌਮਾਂ ਨੂੰ ਲੰਮਾ ਸਮਾਂ ਕੰਮ ਕਰਨ ਵਾਸਤੇ ਇੱਕ ਜਥੇਬੰਦੀ ਦੀ ਲੋੜ ਹੁੰਦੀ ਹੈ ਤੇ ਜੇ ਕੌਮ ਜਥੇਬੰਦੀ ਆਪਣੀ ਖੜੀ ਕਰ ਲਵੇਗੀ ਤਾਂ ਉਹ ਸਦੀਆਂ ਦੇ ਸਫਰ ਨੂੰ ਸੌਖਾ ਤੈਅ ਕਰ ਸਕਦੀ ਹੈ ਫਿਰ ਉਸ ਖਿਆਲ ਦੇ ਵਿੱਚੋਂ ਹੀ ਸਿੰਘ ਸਵਾ ਲਹਿਰ ਦਾ ਜਿਹੜਾ ਜਨਮ ਹੈ ਉਹ 1 ਅਕਤੂਬਰ 1873 ਨੂੰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਕਾ ਬਾਗ ਜੋ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਉੱਥੇ ਸੀ ਉਹਦੇ ਉੱਥੇ ਬਹਿ ਕੇ ਕੱਕਾਠ ਵਿੱਚੋਂ ਜਿਹੜੀ ਸਿੰਘ ਸਭਾ ਲੈ ਰੇ ਉਹ ਜਨਮ ਲੈਂਦੀ ਹੈ ਤੇ ਉਦੋਂ ਤੋਂ ਲੈ ਕੇ ਲਗਾਤਾਰ ਜਿਹੜੇ ਪੰਥ ਦੇ ਦਰਦੀ ਨੇ ਪੰਥ ਨੂੰ ਸਮਝਣ ਵਾਲੇ ਨੇ ਉਸ ਦਿਨ ਦੇ ਹਾਲ ਨੂੰ ਮਨਾਉਣ ਦਾ ਯਤਨ ਕਰਦੇ ਆ ਰਹੇ ਨੇ ਉਹਦੇ ਜਦੋਂ ਸ਼ਤਾਬਦੀ ਮਨਾਈ ਗਈ ਸੀ 1973 ਦੇ ਵਿੱਚ ਦੋਰੀ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਜਥੇਦਾਰ ਗੁਰਚਨ ਸਿੰਘ ਟੋਡਾ ਜੀ ਹੁਣਾ ਵੱਲੋਂ ਉਦੋਂ ਤੋਂ ਫਿਰ ਸਿੰਘ ਸਭਾ ਦੇ ਵਿਚਾਰ ਨੂੰ ਇਕੱਠਿਆਂ ਕਰਨ ਵਿੱਚ ਜਤਨ ਜਾਰੀ ਸੀ ਤੇ ਹੁਣ ਉਸੇ ਜਤਨ ਨੂੰ ਪੰਥਕ ਤਾਲ ਮਿਲ ਸੰਗਠਨ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਆਪਣੀਏ ਭੂਮਿਕਾ ਜੜੀਏ ਬਲਕੇ ਇਹੀ ਕਹਿ ਲਈ ਕਿ 2008 ਤੋਂ ਅਸੀਂ ਸਿੰਘ ਸਭਾ ਲਹਿਰ ਨੂੰ ਦੁਬਾਰਾ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਉਹ ਤੋਂ ਜਥੇਬੰਦ ਜਿਹੜੀ ਸਾਡੀ ਤਾਕਤ ਹੈ ਉਹਨੂੰ ਸੰਭਾਲ ਕੇ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਪਹਿਲ ਕਦਮੀ ਕਰਨ ਵਿੱਚ ਯੋਗਦਾਨ ਪਾ ਰਹੇ ਹਾਂ ਤੇ ਹੁਣ ਵੀ ਅਸੀਂ 1 ਅਕਤੂਬਰ 2021 ਨੂੰ ਜਿਹੜਾ ਸਾਡੇ ਕੋਲ ਦਿਨ ਆ ਰਿਹਾ ਸ਼ੁੱਕਰਵਾਰ ਦੇ ਦਿਨ ਅਸੀਂ ਗੁਰਮਤ ਗਿਆਨ ਮਿਸ਼ਨ ਕਾਲ ਲੁਧਿਆਣਾ ਵਿਖੇ ਇਸ ਵਾਰ ਅਸੀਂ ਇਹ ਜਿਹੜਾ ਦਿਹਾੜਾ ਹੈ ਇਹਨੂੰ ਮਨਾ ਰਹੇ ਹਾਂ ਔਰ ਇਹਦੇ ਵਾਸਤੇ ਅਸੀਂ ਵੱਖਰੇ ਤੌਰ ਦੇਸੀਂ ਵਰਤਮਾਨ ਨੂੰ ਪੜਦੇ ਹੋਇਆਂ ਵਿਉਂਤਬੰਦੀ ਵੀ ਕਰ ਰਹੇ ਹਾਂ ਜੇਕਰ ਗੱਲ ਕਰੀਏ ਸਿੰਘ ਸਭਾ ਲਹਿਰ ਦੀ ਤੇ ਇਹ ਸਿੱਖਾਂ ਦੀ ਇੱਕ ਮੋੜ ਜੋ ਜਿਹੜੀ ਹੈ ਕਿ ਜਾਨੀ ਜਾਂਦੀ ਹੈ ਕਿ ਸੰਸਥਾ ਹੈ ਇਹਦੇ ਵਿੱਚੋਂ ਹੋਰ ਵੀ ਸੰਸਥਾਵਾਂ ਉੱਭਰ ਕੇ ਬਾਹਰ ਆਈਆਂ ਸੀ ਦੁਖੋ ਸਿੰਘ ਸਭਾ ਲਹਿਰ ਜਿਹੜੀ ਹੈ ਲਹਿਰ ਦਾ ਮਤਲਬ ਹੁੰਦਾ ਹੈ ਕਿ ਵਿਚਾਰਾਂ ਨੂੰ ਉਹਦਾ ਵਿਸਥਾਰ ਕਰਨਾ ਲੋਕਾਂ ਨੂੰ ਉਹ ਵਿਚਾਰਾਂ ਦੇ ਨਾਲ ਜੋੜਨਾ ਪ੍ਰਭਾਵਿਤ ਕਰਨਾ ਕਿ ਕੌਮ ਨੂੰ ਕਿਹੜੀ ਕਿਹੜੀ ਗੱਲ ਕਰਨ ਦੀ ਲੋੜ ਹੈ ਸਿੰਘ ਸਭਾ ਲਹਿਰ ਜਿਹੜੀ ਸੀ ਲਹਿਰ ਨੇ ਇਹਦੇ ਚੋਂ ਸਿੱਖ ਵਿਦਿਅਕ ਲਹਿਰ ਨਿਕਲਦੀ ਹੈ ਇਹ ਜੋ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਨਿਕਲਦੀ ਹੈ ਇਦੇ ਵਿੱਚੋਂ ਹੀ ਸਾਡੀ ਸਿਆਸਤ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸੰਸਥਾ ਨਿਕਲਦੀ ਹੈ ਇਸ ਕਰਕੇ ਇਸ ਲਹਿਰ ਇਹਨੂੰ ਇਹਨੂੰ ਮਾਂ ਕਹਿੰਦੇ ਅਸੀਂ ਇਹ ਲਹਿਰ ਨੇ ਉਸ ਸਮੇਂ ਚੁਣੌਤੀ ਲੈ ਕੇ ਸਭ ਤੋਂ ਵੱਡਾ ਕੰਮ ਜਿਹੜਾ ਕੀਤਾ ਰੰਭਿਆ ਸੀ ਉਹ ਸਿੱਖ ਵਿਦਵਕ ਅਦਾਰਿਆਂ ਦੀ ਸਥਾਪਨਾ ਕਿਉਂਕਿ ਬੜੇ ਲਿਖੇ ਵਰਗ ਨੇ ਕੋਈ ਇੱਕ ਪਾਸੇ ਅੰਗਰੇਜ਼ ਅਸਾਈ ਲੋਕਾਂ ਦਾ ਪ੍ਰਭਾਵ ਚੱਲ ਰਿਹਾ ਸੀ ਦੂਜੇ ਪਾਸੇ ਆ ਰਹੀਆਂ ਸਮਾਜੀਆਂ ਦੀ ਆਪਣੀ ਆ ਰਹੀਆਂ ਸਮਾਜ ਲਹਿਰ ਚੱਲ ਰਹੀ ਸੀ ਹਿੰਦੂ ਵੀਰਾਂ ਦੀ ਇਸ ਤਰ੍ਹਾਂ ਇਸਲਾਮ ਵਾਲਿਆਂ ਨੇ ਆਪਣਾ ਮੁਸਲਿਮ ਲੀਗ ਖੜੀ ਕਰਕੇ ਆਪਣੇ ਆਪ ਨੂੰ ਜਿਹੜੇ ਅਸੀਂ ਅੰਗਰੇਜ਼ਾਂ ਦੇ ਸਾਇਇਦ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਕੰਮ ਕਰੇ ਸਨ ਇਸ ਲਈ ਜਿਹੜੀ ਸੈਂਸਬਲ ਲਹਿਰ ਹੈ ਇਹਨੇ ਜੋ ਕੁਝ ਹੁਣ ਤੱਕ ਕੀਤਾ ਇਹਨਾਂ ਕਾ ਅਮੀਰ ਹੈ ਕਿ ਇਹਨਾਂ ਕਾ ਮਹਾਨ ਹੈ ਕਿ ਅਗਰ ਅਸੀਂ ਅੱਜ ਦੇ ਵਰਤਮਾਨ ਵਿੱਚ ਇਸ ਲਹਿਰ ਦੀਆਂ ਪ੍ਰਾਪਤੀਆਂ ਨੂੰ ਸਿੱਖ ਸਮਾਜ ਦੇ ਸਾਹਮਣੇ ਜੋ ਅੱਜ 172 ਦੇਸ਼ਾਂ ਤੋਂ ਵੱਧ ਦੇਸ਼ਾਂ ਵਿੱਚ ਸਿੱਖ ਕੌਮਾਵਾਦ ਹੈ ਉਹਦੇ ਸਾਹਮਣੇ ਜੋ ਰੱਖਾਂਗੇ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹਦੇ ਨਾਲ ਅੱਜ ਕੌਮ ਜਿਹੜੀ ਆਪਣੀ ਫਿਰ ਦੁਬਾਰਾ ਉਹ ਜੱਥੇਬੰਦ ਵੀ ਹੋਏਗੀ ਆਪਣੇ ਪੰਥਕ ਸਰੋਕਾਰਾਂ ਨੂੰ ਵੀ ਸਮਝਣ ਦੇ ਲਈ ਤਤਪਰ ਹੋਏਗੀ ਔਰ ਉਹਦੇ ਨਾਲ ਖਾਸ ਤੌਰ ਤੇ ਨੌਜਵਾਨ ਪੀੜੀ ਜਿਹੜੀ ਹੈ ਉਹਦੇ ਅੰਦਰ ਕੌਮੀਅਤ ਜਿਹੜੀ ਹੈ ਵਿਰਾਸਤ ਨੂੰ ਸੰਭਾਲਣ ਦਾ ਜਜ਼ਬਾ ਜਿਹੜਾ ਹੈ ਉਹਦਾ ਦੁਬਾਰਾ ਜਨਮ ਹੋਣ ਦੀਆਂ ਪੂਰੀਆਂ ਸੁਭਾਮਨਾਵਾਂ ਨੇ ਇਸ ਕਰਕੇ ਸਿੰਘ ਲਹਿਰ ਦੇ ਲੈਵਲ ਸੰਭਾ ਲਹਿਰ ਦੀ ਅਮੀਰੀ ਜਿਹੜੀ ਹੈ ਨਾ ਉਹ ਸਾਡੇ ਲਈ ਬਹੁਤ ਵੱਡੀ ਤਾਕਤ ਹੈ ਕਿਉਂਕਿ ਬਜ਼ੁਰਗਾਂ ਦੇ ਬਿਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਉਹ ਜਿਹੜੇ ਸੋਝੋ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਕੁਰਬਾਨੀ ਤਿਆਗ ਦੇ ਰਾਹ ਤੇ ਚੱਲ ਕੇ ਉਹ ਸਮਾਂ ਤੇ ਤਰ੍ਹਾਂ ਦਾ ਸੀ ਜੇ ਪਰਿਵਾਰ ਵਿੱਚ ਦੋ ਕਦੇ ਬੱਚੇ ਹੁੰਦੇ ਸਨ ਇੱਕ ਜੇ ਉਹਨਾਂ ਦਾ ਨੌਜਵਾਨ ਸਿੰਘ ਸਵਲੈਰ ਦੇ ਨਾਲ ਸੇਵਕ ਬਣ ਕੇ ਤੁਰਦਾ ਸੀ ਕੋਈ ਆ ਕੇ ਪੁੱਛਦਾ ਸੀ ਮਾਤਾ ਤੇਰੇ ਬੱਚੇ ਕਿੰਨੇ ਨੇ ਉਹ ਕਹਿੰਦੇ ਸੰ ਤੇ ਦੋ ਹੁਣ ਇੱਕੋ ਰਹਿ ਗਿਆ ਕਹਿੰਦੇ ਇੱਕ ਨੂੰ ਕੀ ਹੋ ਗਿਆ ਮਰ ਗਿਆ ਕਿ ਕੀ ਹੋਇਆ ਨਹੀਂ ਉਹ ਸਿੰਘ ਸਵੀਆਂ ਬਣ ਗਏ ਕੀ ਸਿੰਘ ਸਭਿਆ ਬਣਦਾ ਮਤਲਬ ਹੁੰਦਾ ਸੀ ਕਿ ਕੌਮ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਆਪਣੇ ਦੁਨਿਆਵੀ ਜਿਹੜੇ ਸੁੱਖ ਆਰਾਮ ਸਾਧਨ ਨੇ ਇਹਨਾਂ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਤੇ ਕੌਮ ਲਈ ਜੂਣਾ ਤੇ ਕੌਮ ਲਈ ਮਰਨਾ ਕੀ ਸਿੰਘ ਸਾਹਿਬ ਅਸੀਂ ਸਿੰਘ ਸਭਾ ਲਹਿਰ ਦੀ ਜੋ ਪ੍ਰੇਰਣਾ ਮਿਲਦੀ ਹੈ ਉਸ ਪ੍ਰੇਰਣਾ ਨੂੰ ਅੱਗੇ ਤੋਰਦੇ ਹੋਏ ਅਸੀਂ ਕੋਈ ਨਵੀਂ ਲਹਿਰ ਚਲਾ ਸਕਦੇ ਹਾਂ ਹਾਂ ਜਦੋਂ ਅਸੀਂ ਸਿੰਘ ਸਭਾ ਲਹਿਰ ਤੋਂ ਵਰਤਮਾਨ ਸਮੇਂ ਦੇ ਹਾਲਾਤਾਂ ਦੇ ਨਾਲ ਮੇਲ ਕੇ ਦੇਖਦੇ ਹਾਂ ਤੇ ਇਸ ਉਸ ਲਹਿਰ ਦੀ ਪ੍ਰੇਰਣਾ ਵਿੱਚੋਂ ਇੱਕ ਸਾਨੂੰ ਕੰਮ ਕਰਨ ਦੀ ਹਿੰਮਤ ਮਿਲਦੀ ਹੈ ਕਿ ਅਸੀਂ ਕਿਵੇਂ ਜਥੇਬੰਦ ਹੋ ਕੇ ਕੰਮ ਕਰ ਸਕਦੇ ਹਾਂ ਤੇ ਜਦੋਂ ਅਸੀਂ ਅੱਜ ਵਰਤਮਾਨ ਦੇਖਦੇ ਹਾਂ ਇਸ ਵਰਤਮਾਨ ਵਿੱਚ ਇੱਕ ਸਾਨੂੰ ਜਿਹੜਾ ਸਭ ਤੋਂ ਵੱਡਾ ਖਲਾਸ ਇਨ ਦਿਖਾਈ ਦੇ ਰਿਹਾ ਹੈ ਕਿ ਉਹ ਹੈ ਕਿ ਸਿੱਖ ਸਰੋਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਅੱਜ ਸਾਨੂੰ ਜਿਹੜੀਆਂ ਸਾਡੀਆਂ ਕੌਮੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਕਿਤੇ ਨਾ ਕਿਤੇ ਉੱਥੇ ਵੱਡਾ ਅਵੇਸਲਾਪਨ ਦਿਖਾਈ ਦੇ ਰਿਹਾ ਹੈ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਉਸੇ ਹੀ ਪ੍ਰੇਰਣਾ ਨੂੰ ਲੈ ਕੇ ਨਵੀਂ ਲਹਿਰ ਅਸੀਂ ਸਿੱਖ ਅਸਰੂਕਾਰਾਂ ਉੱਤੇ ਸਿੱਖ ਮੁੱਦਿਆਂ ਉੱਤੇ ਟਿਕਾ ਕੇ ਇਹਨੂੰ ਉਸ ਵੱਡੇ ਪੱਧਰ ਤੇ ਖੜੀ ਕਰਕੇ ਇਸ ਪੂਰੇ ਸੰਸਾਰ ਦਾ ਧਿਆਨ ਇਸ ਪਾਸੇ ਖਿੱਚ ਸਕਦੇ ਹਾਂ ਸਿੰਘ ਸਭਾ ਲਹਿਰ ਤੋਂ ਪ੍ਰੇਰਣਾ ਲੈ ਕੇ ਤੁਸੀਂ ਕੀ ਕਰ ਰਹੇ ਹੋ ਤੇ ਅੱਜ ਦੇ ਹਾਲਾਤਾਂ ਦੇ ਕੀ ਮੁੱਦੇ ਨੇ ਅਸੀਂ ਸਿੰਘ ਸਭਾ ਲਹਿਰ ਤੋਂ ਪ੍ਰੇਰਣਾ ਲੈ ਕੇ 1 ਅਕਤੂਬਰ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ ਉਸ ਦਿਹਾੜੇ ਅਸੀਂ ਉਹ ਪ੍ਰੇਰਣਾ ਲੇਖ ਪੰਥਕ ਮੁੱਦੇ ਜਿਹੜੇ ਸਰਕਾਰ ਨੇ ਉਹਨਾਂ ਨੂੰ ਸਿੱਖ ਕੌਮ ਦੇ ਅੱਗੇ ਰੱਖਣ ਦਾ ਯਤਨ ਕਰ ਰਹੇ ਆ ਕਿਉਂਕਿ ਉਹ ਮੁੱਦਿਆਂ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਜਿਸ ਨੂੰ ਅਸੀਂ ਆਪਣੀ ਕੌਮੀ ਸੰਸਥਾ ਮੰਨਦੇ ਆ ਉਹਦਾ ਅਸੀਂ ਚਾਹੁੰਦੇ ਆ ਕਿ ਉਹਨੂੰ ਅਸੀਂ ਨਵੇਂ ਸੰਦਰਭ ਦੇ ਵਿੱਚ ਪੇਸ਼ ਕਰੀਏ ਨੰਬਰ 2 ਅਕਾਲ ਤਖਤ ਦਾ ਜਿਹੜਾ ਪ੍ਰਬੰਧ ਹੈ ਇਹਨੂੰ ਕੌਮੀ ਪ੍ਰਬੰਧ ਦੇ ਤੌਰ ਤੇ ਕਿਵੇਂ ਖੜਾ ਕੀਤਾ ਜਾ ਸਕਦਾ ਹੈ ਤੀਜਾ ਹੈ ਕਿ ਸਿੱਖ ਵਿਦਿਅਕ ਅਦਾਰਿਆਂ ਨੂੰ ਇੱਕ ਕੌਮੀ ਸਿੱਖ ਵਿਦਿਅਕ ਬੋਰਡ ਬਣਾ ਕੇ ਦੂਜੀਆਂ ਕੌਮਾਂ ਦੇ ਵਾਂਗ ਅਸੀਂ ਸੰਸਾਰ ਦੇ ਸਾਹਮਣੇ ਕਿਵੇਂ ਖੜੇ ਹੋ ਸਕਦੇ ਹਾਂ ਇਸ ਤਰ੍ਹਾਂ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਨੂੰ ਲਾਂਬੰਦੀ ਕਰਨ ਵਾਸਤੇ ਗੁਰਮਤਿ ਵਿਦਿਆ ਦਾ ਇੱਕ ਪ੍ਰਬੰਧਕੀ ਬੋਰਡ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ ਅਸੀਂ ਉਹਨੂੰ ਕੌਮੀ ਮੁੱਦੇ ਦੇ ਤੌਰ ਤੇ ਉਭਾਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਸਾਡੇ ਸਾਹਮਣੇ ਅਗਲੀ ਗੱਲ ਆ ਜਾਂਦੀ ਹੈ ਕਿ ਸਿੱਖ ਕੌਮ ਭਾਰਤ ਦੇ ਅੰਦਰ ਘੱਟ ਗਿਣਤੀ ਕੌਮ ਹੈ ਪਰ ਇਹਦੀ ਜਿਹੜੀ ਮੰਨਤਾ ਤੇ ਸਾਨੂੰ ਲਿਖੀ ਹੋਈ ਤੇ ਮਿਲਦੀ ਹੈ ਪਰ ਜਦ ਪੰਜਾਬ ਵਿੱਚ ਸਾਡੀ ਵਾਰੀ ਆਉਂਦੀ ਹੈ ਸਾਨੂੰ ਵੱਧ ਗਿਣਤੀ ਗਿਣ ਕੇ ਸਾਡੀਆਂ ਸਹੂਲਤਾਂ ਰੋਕ ਲਈਆਂ ਜਾਂਦੀਆਂ ਨੇ ਇਹ ਮੁੱਦਾ ਬਣਾ ਕੇ ਅਸੀਂ ਆਪਣੇ ਹੱਕ ਹਕੂਕ ਲੈਣ ਦੇ ਵਾਸਤੇ ਕੰਮ ਕਰਨ ਦੇ ਅੱਗੇ ਵਿਉਂਤਬੰਦੀ ਕਰ ਰਹੇ ਹਾਂ ਇਸ ਨੇ ਆਨੰਦ ਕਾਰਜ ਜਿਹੜਾ ਐਕਟ ਹੈ ਉਹਦੀ ਚਰਚਾ ਲੰਬੇ ਸਮੇਂ ਤੋਂ ਚੱਲਦੀ ਹੈ ਕੁਝ ਸੁਬਿਆਂ ਨੇ ਇਸ ਨੂੰ ਆਪਣੀ ਸੰਬਧੀ ਵਿੱਚ ਮਾਨਤਾ ਦੇ ਦਿੱਤੀ ਹੈ ਪਰ ਅਸੀਂ ਦੇਸ਼ ਵਿਆਪੀ ਤੌਰ ਤੇ ਇਸ ਐਕਟ ਦੀ ਨੂੰ ਲਾਗੂ ਕਰਨ ਦੇ ਲਈ ਕੌਮੀ ਮੁੱਦਾ ਬਣਾ ਕੇ ਉਭਾਰ ਰਹੇ ਹਾਂ ਜਿਹੜਾ ਸਾਨੂੰ ਵਿਆਹ ਦਾ ਪ੍ਰਮਾਣ ਪੱਤਰ ਮਿਲੇ ਉਹ ਆਨੰਦ ਕਰ ਜਾਏ ਕਿ ਸਿੱਖ ਵਿਚਾਰਧਾਰਾ ਦੇ ਮਤਾਬਕ ਮਿਲ ਸਕੇ ਇਹ ਵੀ ਸਾਡਾ ਕੌਮੀ ਮੁੱਦਾ ਹੈ ਇਸ ਤਰ੍ਹਾਂ ਅਸੀਂ ਭਾਈ ਸਾਹਿਬ ਭਾਈ ਕਨਈਆ ਜੀ ਸਾਡੇ ਕੋ ਸਾਡੇ ਸਿੱਖ ਆਗੂ ਨੇ ਮਹਾਨ ਸਿੱਖ ਨੇ ਉਹਨੂੰ ਲੈ ਕੇ ਅਸੀਂ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਉਨੇ ਆ ਕਿ ਜਿਹੜੇ ਰੈੱਡ ਕਰਾਸ ਦੀ ਜਿਹੜੀ ਗੱਲ ਚੱਲਦੀ ਹੈ ਤੇ ਅਸੀਂ ਰੈੱਡ ਕਰਾਸ ਦਾ ਜਨਮਦਾਤਾ ਭਾਈ ਕਨਈਆ ਜੀ ਨੂੰ ਮੰਨਦੇ ਆ ਉਹਦੇ ਨਾਮ ਤੇ ਰੈੱਡ ਕਰਾਸ ਭਵਨਾ ਦੇ ਜਿੰਨੇ ਨਾਮ ਨੇ ਉਹ ਭਾਈ ਕਨਈਆ ਜੀ ਦੇ ਨੂੰ ਸਮਰਪਿਤ ਕਰ ਦਿੱਤੇ ਜਾਣ ਤਾਂ ਕਿ ਇਸ ਨੇ ਅਸੀਂ ਜਿਹੜੇ ਸਾਡਾ ਗੁਰ ਇਤਿਹਾਸ ਹੈ ਸਿੱਖ ਇਤਿਹਾਸ ਹੈ ਸਕੂਲ ਹੈ ਕਾਲਜ ਹੈ ਯੂਨੀਵਰਸਿਟੀ ਹੈ ਉਹਦੇ ਵਿੱਚ ਉਹਨੂੰ ਪੜ੍ਹਾਉਣ ਦੇ ਲਈ ਅਸੀਂ ਉਹ ਜਿਹੜਾ ਮੁੱਦਾ ਬਣਾ ਕੇ ਪੇਸ਼ ਕਰਨ ਦੇ ਲਈ ਇਹਨੂੰ ਅੱਗੇ ਵੀ ਹੰਤਬੰਦੀ ਦਾ ਹਿੱਸਾ ਬਣਾ ਰਹੇ ਆ ਨਾਲ ਦੇ ਨਾਲ ਸਾਡੇ ਮਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਅਸੀਂ ਹੋਰ ਜਿਹੜੇ ਸਾਡੇ ਕੌਮੀ ਮੁੱਦੇ ਨੇ ਅਸੀਂ ਇਹਨਾਂ ਨੂੰ ਕੌਮ ਦੇ ਸਾਹਮਣੇ ਉਭਾਰੀਏ ਕੌਮ ਦੇ ਕੋਲ ਹੋਰ ਸੁਝਾ ਲੈ ਕੇ ਮੁੱਦੇ ਨੂੰ ਇਕੱਠਿਆਂ ਕਰੀਏ ਇਹ ਅਸੀਂ ਇਸ ਲਹਿਰ ਤੋਂ ਪ੍ਰੇਰਨਾ ਲੈ ਕੇ 1 ਅਕਤੂਬਰ ਨੂੰ ਜਿਹੜਾ ਹੈ ਕੌਮ ਦੇ ਅੱਗੇ ਰੱਖਣ ਦਾ ਯਤਨ ਕਰਾਂਗੇ ਸਿੰਘ ਸਾਹਿਬ ਜੀ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਮੁੱਦਿਆਂ ਨੂੰ ਸਿੱਖ ਸੰਗਤਾਂ ਤੱਕ ਤੁਸੀਂ ਕਿਸ ਤਰ੍ਹਾਂ ਲੈ ਕੇ ਜਾਓਗੇ ਤੇ ਨਾਲ ਹੀ ਜਿਹੜੇ ਸਰਕਾਰ ਦੇ ਨਾਲ ਸੰਬੰਧਿਤ ਰੱਖਦੇ ਨੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਕਰੋਗੇ ਦੇਖੋ ਉਹਦੇ ਵਾਸਤੇ ਸਾਨੂੰ ਇੱਕ ਜਥੇਬੰਦ ਕੰਮ ਕਰਨ ਦੀ ਲੋੜ ਹੈ ਤੇ ਅਸੀਂ ਉਧਰ ਲਈ ਜਥੇਬੰਦ ਕੰਮ ਕਰਨ ਦੇ ਲਈ ਪਹਿਲ ਮਹਿਸੂਸ ਕਰਨੀ ਪੰਜਾਬ ਦੇ ਅੰਦਰ ਲੈ ਕੇ ਜਾਣ ਦੇ ਲਈ ਅਸੀਂ ਬਲੈਂਕ ਪੱਦਰ ਦੇ ਉੱਤੇ ਅਸੀਂ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਥੋਂ ਅਸੀਂ ਕੁਝ ਪੰਥਦਰਦੀਆਂ ਨੂੰ ਨਾਲ ਲੈ ਕੇ ਇੱਕ ਪਹਿਲੀ ਆਵਾਜ਼ ਜਿਹੜੀ ਹੈ ਅਸੀਂ ਉਹਨੂੰ ਉਜਾਗਰ ਕਰਾਂਗੇ ਫਿਰ ਉੱਥੇ ਵੱਖਰੇ ਵੱਖਰੇ ਜਥੇ ਬਣਾ ਕੇ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡ ਪੱਧਰ ਤੱਕ ਵੀ ਲੈ ਕੇ ਜੇ ਬਲਾਕ ਪੱਧਰ ਤੋਂ ਸ਼ੁਰੂ ਕਰਾਂਗੇ ਉਹਨੂੰ ਪਿੰਡ ਪੱਧਰ ਤੱਕ ਖੜਨਾ ਉਹਨੂੰ ਉੱਪਰ ਜ਼ਿਲ੍ਹੇ ਤੱਕ ਲੈ ਕੇ ਆਣਾ ਉਹਨੂੰ ਸੂਬੇ ਤੱਕ ਲੈ ਕੇ ਜਾਣਾ ਇਹ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਆ ਪਰ ਸੰਸਾਰ ਵਿੱਚ ਵਸਦੇ ਸਾਰੇ ਸਿੱਖਾਂ ਤੱਕ ਲੈ ਕੇ ਜਾਣ ਦੇ ਲਈ ਵੀ ਅਸੀਂ ਇਹਦੇ ਨਾਲ ਅਗਲੀ ਵਿਉਂਤਬੰਦੀ ਕਿਉਂਕਿ ਸੰਗਠਨ ਜਿਹੜਾ ਹੈ ਇਸ ਸੰਸਾਰ ਪਰ ਵਿੱਚ ਵਸਦੇ ਪੂਰੇ ਖਾਲਸਾ ਪੰਥ ਦੀ ਨੁਮਾਇੰਦਗੀ ਕਰਨ ਦਾ ਜਾਂ ਉਹਦੀ ਸੇਵਾਦਾਰੀ ਕਰਨ ਦਾ ਇੱਕ ਛੋਟਾ ਜਿਹਾ ਯਤਨ ਅਸੀਂ ਉਹਨਾਂ ਨੂੰ ਨਾਲ ਲਾਵਾਂਗੇ ਜਿਹੜੇ ਮੁੱਦੇ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਹੱਲ ਵਾਸਤੇ ਕੋਈ ਹੱਲ ਹੁੰਦਾ ਹੈ ਕਿ ਇਹਨਾਂ ਮੁੱਦਿਆਂ ਨੂੰ ਅਸੀਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਦਾ ਫਿਕਰ ਬਣਾ ਦਈਏ ਕਿ ਉਹਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਏ ਕਿ ਜੇ ਅਸੀਂ ਪੰਜਾਬ ਦੀ ਧਰਤੀ ਅੰਦਰ ਪੰਥਕ ਸਰੂਕਾਰਾਂ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਨਾ ਬਣਾਇਆ ਤੇ ਅਸੀਂ ਪੰਜਾਬ ਦੇ ਅੰਦਰ ਆਪਣੇ ਹੱਕ ਨੂੰ ਅੱਗੇ ਵਧਾ ਕੇ ਜੇ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਬਣਾ ਸਕਾਂਗੇ ਇਹ ਮੁੱਦੇ ਛੱਡੇ ਨਹੀਂ ਜਾ ਸਕਦੇ ਇਹਦਾ ਅਹਿਸਾਸ ਪੰਜਾਬੀਆਂ ਰਾਨੀ ਧਿਰਾਂ ਨੂੰ ਕਰਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪੂਰਾ ਯਤਨ ਕਰਨਾ ਹੈ ਤਾਂ ਕਿ ਉਹਨਾਂ ਨੂੰ ਸਮਝ ਲੱਗੇ ਕਿ ਮੁੱਦੇ ਪੰਥ ਤੇ ਪੰਜਾਬ ਜਿਹੜਾ ਹੈ ਇਹ ਅਸੀਂ ਆਡ-ਆਡ ਕਰਕੇ ਦੇਖਦੇ ਪੰਥ ਹੈ ਤੇ ਪੰਜਾਬ ਹੈ ਜੇ ਪੰਥ ਮੰਨफी ਕਰਾਂਗੇ ਤੇ ਪੰਜਾਬ ਜਿਹੜਾ ਹੈ ਉਹਦੀ ਇਕੱਲੀ ਗੱਲ ਕਰਕੇ ਪੰਜਾਬ ਦੀ ਸੇਵਾ ਜਿਹੜੀ ਹੈ ਨਹੀਂ ਹੋ ਸਕਦੀ ਸਿੰਘ ਸਾਹਿਬ ਨਾਲ ਹੋਈ ਗੱਲਬਾਤ ਚੋਂ ਇਹ ਗੱਲ ਸਮਝ ਲੱਗਦੀ ਹੈ ਕਿ ਅੱਜ ਦੇ ਪੰਥਕ ਮੁੱਦਿਆਂ ਨੂੰ ਲੋਕ ਚੇਤਨਾ ਦਾ ਹਿੱਸਾ ਬਣਾਉਣ ਲਈ ਬਹੁਤ ਸੁਚੱਜੇ ਢੰਗ ਨਾਲ ਕੰਮ ਹੋ ਰਿਹਾ ਹੈ ਆਸ ਹੈ ਕਿ ਸਮਾਜ ਤੇ ਸਿਆਸੀ ਲੋਕ ਇਸ ਨੂੰ ਅਪਣਾਉਣਗੇ ਹੋਰ ਇਸ ਤਰ੍ਹਾਂ ਦੀ ਅਪਡੇਟ ਦੇਖਣ ਲਈ ਪੁਕਾਰ ਟੀਵੀ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਹੋਰਨਾਂ ਨਾਲ ਸ਼ੇਅਰ ਕਰੋ